ਕੀ ਤੁਹਾਨੂੰ ਪਤਾ ਹੈ ਚਾਈਨਾ ਦੇ ਲੋਕ ਕੇਸੀਆਂ ਦੀ ਜਗ੍ਹਾ ਜ਼ਿਆਦਾਤਰ ਇਹ ਬਾਂਸ ਦਾ ਇਸਤੇਮਾਲ ਕਰਦੇ ਨੇ। ਦੇਖਣ ਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬਾਂਸ ਪਾਣੀ ਵਿੱਚ ਡੁੱਬ ਜਾਵੇਗਾ, ਪਰ ਚਾਈਨਾ ਦੇ ਲੋਕ ਪਾਣੀ ਵਿੱਚ ਆਉਣ ਜਾਣ ਲਈ ਇਸ ਬਾਂਸ ਦਾ ਇਸਤੇਮਾਲ ਕਰਦੇ ਨੇ। ਇਹ ਬਾਂਸ ਇੱਕ ਵਾਰ ਦੇ ਵਿੱਚ 70 ਕਿਲੋ ਵਜਨ ਆਰਾਮਦਾਰੀ ਨਾਲ ਚੁੱਕ ਸਕਦਾ ਹੈ।